ਹੀਰਾ ਗ ਗਲਾਸ ਬ ਬਾਂਦਰ ਤ ਤੱਕੜੀ ਡ ਡਮਰੂ ਵ ਵੈਨ ਟ ਟਮਾਟਰ ਸ ਸਲੇਟ ਦ ਦਰਵਾਜ਼ਾ ਥ ਥਾਲੀ ਚ ਝੰਡਾ ਪ ਪੱਤਾ ਫ ਫੁੱਲ ਠ ਠੇਲਾ ਪ ਭਿੰਡੀ ਟ ਢੱਕਣ ਅਣ ਖਾਲੀ ਨਈਆਂ ਖਾਲੀ ਤ ਤੱਕੜੀ ਨੰਗਾ ਖਾਲੀ ਲ ਲਾਟੂ ਅ ਅੰਬ ਕ ਘੜੀ ਥ ਥਾਲ ਸ ਸਲੇਟ ਤ ਧਾਗਾ ਯ ਯੱਕਾ ਕ ਕਬੂਤਰ ੜ ਖਾਲੀ ਹ ਹਾਥੀ ਛ ਛਤਰੀ ਦ ਦਰਵਾਜ਼ਾ ਕ ਘੜੀ ਈ ਇਮਲੀ ਚ ਚਮਚ ਰ ਰਬੜ ਅਣ ਖਾਲੀ ਤ ਤੱਕੜੀ ਹ ਹਾਥੀ ਟ ਟਮਾਟਰ ਤਾਂ ਬੇਟਾ ਅਸੀਂ ਅੱਜ ਉੜਾ ਆੜਾ ਪੜ੍ਹਿਆ ਹੈ, ਭਲਾਵੇਂ ਅੱਖਰ ਪੜ੍ਹੇ ਹਨ ਉੜੇ ਆੜੇ ਦੇ ਵਿੱਚ ਜਿਹੜੇ ਹੁੰਦੇ ਆ ਉਲਟ ਫੁਲਟ ਉੜਾ ਲਿਖੀਏ ਤਾਂ ਉਹਨੂੰ ਭਲਾਵੇਂ ਅੱਖਰ ਕਹਿੰਦੇ ਆ। ਤਾਂ ਸਾਰੇ ਬੱਚਿਆਂ ਨੇ ਇਹ ਜਿਹੜੇ ਭਲਾਵੇਂ ਅੱਖਰ ਅੱਜ ਯਾਦ ਕਰ ਲੈਣੇ ਹਨ। ਸਾਰੇ ਬੱਚਿਆਂ ਨੇ ਬੜੇ ਹੀ ਧਿਆਨ ਨਾਲ ਪੜ੍ਹਨੇ ਹਨ, ਵਾਰ ਵਾਰ ਉਹ ਵੀਡੀਓ ਦੇਖਣੀ ਹੈ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਭਲਾਵੇਂ ਅੱਖਰ ਚੰਗੀ ਤਰ੍ਹਾਂ ਯਾਦ ਹੋ ਜਾਣ।
ਤਾਂ ਬੇਟਾ ਸਾਰੇ ਬੱਚੇ ਤੁਸੀਂ ਅੱਜ ਇਹ ਭਲਾਵੇਂ ਅੱਖਰ ਯਾਦ ਕਰੋਗੇ ਨਾ? ਕੱਲ੍ਹ ਨੂੰ ਮੈਂ ਤੁਹਾਡੇ ਤੋਂ ਸੁਣੂੰਗੀ। ਸਾਰੇ ਬੱਚਿਆਂ ਨੇ ਚੰਗੀ ਤਰ੍ਹਾਂ ਯਾਦ ਕਰਕੇ ਆਉਣੇ ਆ ਭਲਾਵੇਂ ਅੱਖਰ, ਅਤੇ ਇਹ ਵੀਡੀਓ ਵਾਰ ਵਾਰ ਦੇਖਣੀ ਹੈ ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਣ। ਵੀਡੀਓ ਦੇਖੋਗੇ ਨਾ ਵਾਰ ਵਾਰ? ਤੁਸੀਂ ਇਹ ਵੀਡੀਓ ਜਿਹੜੀ ਹੈਗੀ ਹੈ ਮੇਰੇ ਚੈਨਲ ਤੋਂ ਪਲੇਲਿਸਟ ਤੋਂ ਵੇਖ ਸਕਦੇ ਹੋ। ਪਲੇਲਿਸਟ ਬਣੀ ਹੋਈ ਹੈ, ਪਲੇਲਿਸਟ ਦਾ ਨਾਮ ਹੈ ਸਟੱਡੀ, ਤਾਂ ਆਪਣੇ ਚੈਨਲ ਦਾ ਨਾਮ ਕੀ ਹੈ? ਮਲਟੀ ਲਰਨਿੰਗ।